ਇਹ ਨਸ਼ਾ ਆਂਦਾ ਤਾਂ ਜ਼ਰੂਰ ਹੈ ਲੇਕਿਨ ਉਸ ਤੋਂ ਬਾਅਦ ਇਹ ਸਪਲਾਈ ਕਿੱਦਾਂ ਹੋ ਰਹੀ ਹੈ ਇਸ ਵਿੱਚ ਕਿਹੜੀ ਕਿਹੜੀ ਦੀ ਇਨਵੋਲਵਮੈਂਟ ਹੈ ਕਿ ਕੋਈ ਵੱਡਾ ਰਸੂਖਧਾਰ ਵਿਅਕਤੀ ਇਸ ਵਿੱਚ ਇਨਵੋਲਵ ਹੈ ਜਾਂ ਨਹੀਂ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਕਦੇ ਕਿਸੇ ਦੇ ਸਾਹਮਣੇ ਨਹੀਂ ਆਇਆ ਲੇਕਿਨ ਹਕੀਕਤ ਸਾਰੇ ਜਾਣਦੇ ਹਨ ਕਿ ਆਖਰ ਨਸ਼ੇ ਦੀ ਸਮੱਸਿਆ ਕਿੱਥੋਂ ਪੈਦਾ ਹੋਈ ਹੈ ਕਿਵੇਂ ਆ ਰਿਹਾ ਹੈ ਨਸ਼ਾ ਹਰ ਇੱਕ ਪਿੰਡ ਦੇ ਵਿੱਚ ਕਿਹਾ ਜਾਂਦਾ ਹੈ ਕਿ ਮੁਹੱਲਾ ਕਲੀਨਿਕ ਬਣਾ ਰਹੇ ਨੇ ਮੁਹੱਲਾ ਕਲੀਨਿਕ ਤਾਂ ਬਣਾ ਰਹੇ ਹਨ ਲੇਕਿਨ ਉਸ ਪਿੰਡ ਦੇ ਵਿੱਚ ਨਸ਼ਾ ਕਿੱਦਾਂ ਆ ਰਿਹਾ ਹੈ ਕਿ ਕਦੇ ਕਿਸੇ ਨੇ ਇਹ ਸੋਚਣ ਦੀ ਕੋਸ਼ਿਸ਼ ਕੀਤੀ ਕਦੇ ਇਹ ਸਵਾਲ ਕਿਸੇ ਨੇ ਚੁੱਕੇ ਕਦੇ ਜਿਹੜੇ ਪ੍ਰਸ਼ਾਸਨ ਹੈ ਇਸ ਇਸ ਵੱਲ ਕਿਸੇ ਨੇ ਧਿਆਨ ਦਿੱਤਾ ਲੋਕੀ ਤਾਂ ਬਾਹਰ ਆ ਕੇ ਕਹਿੰਦੇ ਨੇ ਕਿ ਸਾਡੇ ਜਿਹੜੇ ਪੁੱਤ ਮਾਰ ਰਹੇ ਨੇ ਜਾਂ ਸਾਡੀ ਕੁੜੀਆਂ ਜਿਹੜੀਆਂ ਉਹ ਨਸ਼ੇ ਵਿੱਚ ਚੱਲ ਗਈਆਂ ਲੇਕਿਨ ਆਖਿਰ ਇਸ ਦਾ ਕੀ ਕਾਰਨ ਹੈ ਸਾਰੀ ਚੀਜ਼ਾਂ ਜਿਹੜਾ ਹਲੇ ਵੀ ਸਵਾਲ ਬੰਦੀ ਨਜ਼ਰ ਆ ਰਹੀ ਹੈ ਪੁਲਿਸ ਪ੍ਰਸ਼ਾਸਨ ਕਹਿੰਦਾ ਹੈ ਕਿ ਲੋਕੀ ਸਾਡਾ ਸਾਥ ਦੇਣ ਲੇਕਿਨ ਸਾਥ ਤਦ ਦੇਣਗੇ ਜਦੋਂ ਉਹਨਾਂ ਨੂੰ ਇਹ ਲੱਗੇਗਾ ਕਿ ਜਿਹੜਾ ਸਾਹਮਣੇ ਵਾਲਾ ਪੁਲਿਸ ਮੁਲਾਜ਼ਮ ਹੈ ਜਾਂ ਜਿਹੜਾ ਜੋ ਵੀ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀ ਹੈ ਉਹ ਉਹਨਾਂ ਦੇ ਨਾਲ ਲੈ